ਆਪਣੀ ਤਾਰੀਫ ਮੂੰਹ ਕੀ ਦੱਸੀਏ ਡਰ ਗਈ ਬਿੱਲੇ ਪਿੱਠੀ ਵਾਲੀ ਦੀ ਸਪੈਸ਼ਲ ਤੇ ਭੂਏ ਕੇ ਪੀਸ ਪੂਸ ਕੇ ਲੈ ਕੇ ਲਾਲ ਜੀ ਕਣ ਇੱਕ ਆਹ ਪੀਸ ਯਾਰ ਬਣਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਏ ਹੋਪ ਤੇ ਸਾਰੇ ਘੈਂਟ ਹੋ ਗਏ ਮੈਂ ਬਿਲਕੁਲ ਘੈਂਟ ਆ ਘੈਂਟ ਤੇ ਹੋਣਾ ਹੀ ਆ ਕਿਉਂਕਿ ਯਾਰ ਅੱਜ ਲੋ ਲੱਗੇ ਆਪਾਂ ਚੈਂਬਰ ਅੱਜ ਆਪਾਂ ਖਾਵਾਂਗੇ ਚਿਕਨ ਪੂਰਾ ਮਜ਼ਾ ਆਉਣ ਵਾਲਾ ਚਿਕਨ ਦੇ ਨਾਲ ਕੀ ਚੱਲੇਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਪਹਿਲੇ ਦੱਸਤਾ ਚੱਲ ਦੱਸਣ ਦੇ ਤੇ ਮਾਇਆ ਛਾਇਆ ਆਪਣੇ ਕੋਲ ਹੋ ਚੁੱਕੀ ਆ ਜਿੰਨੀ ਵੀ ਹੋਈ ਆ ਚਿਕਨ ਲੈਣ ਚੱਲਦੇ ਆ ਕਹਿੰਦੇ ਮਹਿੰਗਾ ਹੋ ਗਿਆ ਵਾ ਬੜਾ ਮਹਿੰਗਾ ਯਾਰ 160 ਤੋਂ 200 ਹੋ ਚੁੱਕਿਆ ਸ਼ਾਇਦ ਕਿੰਨਾ 220 ਦੋ ਕਿਲੋ ਵੀ ਨੀ ਪੂਰਾ ਕਿਉਂਕਿ ਪੈਸੇ ਇੰਨੇ ਜਿਆਦਾ ਪਵਾ ਲਏ ਆਪਾਂ ਦੱਸੀ ਕਿੰਨੇ ਕਿੰਨੇ ਪੈਸੇ ਕਈਆਂ ਨੇ ਕੈਂਸਲ ਹੀ ਕਰਤਾ ਕਹਿੰਦੇ ਇੰਨੇ ਜਿਆਦਾ ਪੈਸੇ ਨੀ ਪਾ ਸਕਦੇ ਬਹਿ ਜਾ ਕਈਆਂ ਨੂੰ ਕੰਮ ਹੀ ਤਾਂ ਕਰਕੇ ਇੰਸਟਾਗ੍ਰਾਮ ਤੇ ਫੋਲੋ ਨਹੀਂ ਕੀਤਾ ਕਰ ਲਓ ਡਿਸਕ੍ਰਿਪਸ਼ਨ ਚ ਆਈਡੀ ਆ ਚੈਨਲ ਨੂੰ ਜਿੰਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਵੀ ਕਰ ਲਓ ਨਾ ਫਾਈਨਲੀ ਆਪਣਾ ਚਿਕਨ ਆ ਚੁੱਕਿਆ ਜੇ ਆਹਾ ਪੁੱਛ ਹੋ ਕੇ ਮੁੰਡੇ ਮੈਂ ਸੁਣਿਆ ਚਿਕਨ ਨਾ ਦੋ ਲਫਾਫੇ ਘਲਾਉਂਦੇ ਆ ਪੁੱਛੋ ਬਾਅਦ ਚ ਦੱਸਦੇ ਹੋ ਜਵਾਬ ਯਾਰ ਪਕੜ ਰਸਤੇ ਪਕੜਾਤੇ दही मैरिनेट है अपना चिकन ਲੈਗ ਪੀਸ ਨੂੰ ਕਿਹਾ ਵੀ ਉਹਨਾਂ ਨੂੰ ਚੀਰਾ ਲਵਾ ਦਿਓ ਉਹਨਾਂ ਨੇ ਭਰ ਲਵਾਇਆ ਹੁਣ ਆਪਾਂ ਆਪ ਹੀ ਲਾ ਰਹੇ ਹਾਂ ਲੱਗ ਚੁੱਕਿਆ ਵੈਸੇ ਤੇ ਲਓ ਜੀ ਆਪਣੀ ਲੱਗ ਚੁੱਕੀ ਆ ਫਰਿੱਜ 'ਚ ਹੁਣ ਅੱਧੇ ਘੰਟੇ ਬਾਅਦ ਮਿਲਦੇ ਹਾਂ ਦਿਵਾਲੀ ਦਾ ਗਿਫਟ ਆਇਆ ਸੀ ਚਲੋ ਖਾ ਲੈਂਦੇ ਨਾਲ ਹੀ 5 ਸਟਾਰ ਨਾਲ ਆਪਾਂ ਕੁਲਚੇ ਵੀ ਲੈ ਕੇ ਆਉਂਦੇ ਸੀ ਦੇਖੋ ਕੁਲਚੇ ਲੈ ਆਉਂਦੇ ਆਪਾਂ 15 ਮਿੰਟਸ ਲੇਟਰ ਇੱਧਰ ਲਾਈਟਨਿੰਗ ਦੇ ਵੇਖੋ ਕਰਦੇ ਹੋ ਸਟਰਗਲ ਕਿਉਂਕਿ ਕੋਠੇ ਆਇਆ ਨਹੀਂ ਪਿਆ ਜਿੱਦਾਂ ਅਸੀਂ ਮਨਾਲੀ 'ਚ ਆ ਜਾਂਦੇ ਹਾਂ ਉਹ ਬੱਲੇ ਪੱਬੇ ਦੇ ਕੱਪੜੇ ਤੇਰੇ ਗਵਾਏ ਗਏ ਸੀ ਲੱਗਦਾ ਤੇ ਕੱਪੜੇ ਜੇ ਘਰੇ ਗਵਾਏ ਗਏ ਸੀ ਤੇ ਭਾਈ ਨੇ ਕਹਿੰਦੇ ਬੋੜੀ ਬੋੜੀ ਆ ਬੜੀ ਬਣਾ ਲਈ ਬਾਹਰ 2 ਕੁ ਦਿਨ ਬਾਅਦ ਘੱਟ ਜਾਂਦੀ ਪਤਾ ਨੀ ਕਿਆ ਕੁਛ ਵੀ ਇਲੈਕਟ੍ਰੀਸਿਟੀ ਦਾ ਕੰਮ ਵੀ ਚੱਲਦਾ ਵਾ ਚਲਾ ਦੋ ਸੋਚ ਚੱਲੂ ਹੈਗਾ ਜੀ ਥੱਲੇ ਲਾ ਫਾਈਨਲੀ ਹੁਣ ਅਸੀਂ ਲਾ ਲੱਗੇ ਆ ਚੈਂਬਰ ਬਾਲਣ ਲੱਗੇ ਆ ਰੈਡੀ ਕਰਨ ਲੱਗੇ ਆ ਡਰਾਇਰ ਵੇਖੋ ਅਸੀਂ ਲਿਆਂਦਾ ਵਾ ਤੇ ਆਪਣੀ ਬਸ ਇਹ ਨਾ ਸੋਚੋ ਕਿ ਹਨੇਰਾ ਆਉਂਦਾ ਲਾਈਟ ਵੀ ਆਏਗੀ ਲਾਈਟ ਆਈ ਜੀ ਲਾਈਟ ਗਈ ਕਿਤੇ ਰੁਕ ਰੁਕ ਹਲੇ ਜੀ ਸੋਚਦੇ ਹੋ ਗਏ ਬੱਤੀ ਨਹੀਂ ਆਉਂਦੀ ਭਰਾ ਵਾਲ ਸੈੱਟ ਬੱਤੀ ਬੱਤੀ ਨਹੀਂ ਆਉਂਦੀ ਵਾਲ ਸੈੱਟ ਕਰ ਲੈਂਦਾ ਤੇ ਆਹ ਕੰਮ ਨਹੀਂ ਕਰਨਾ ਭਰਾ ਚਿਕਨ ਸੈੱਟ ਕਰਨਾ ਜੀ ਕੋਈ ਰੋਕਾ ਚੱਲ 12 ਨੰਬਰ ਲਓ ਜੀ ਅੱਗ ਲੱਗ ਗਈ ਜੀ ਉਹ ਮੁੰਨਾ ਕੁਰਸੀ ਲੈ ਆਏ ਜੋ ਨਾ ਸੜਨੀ ਆ ਸੜਦੀ ਹੈ ਅੱਗ ਕਹਿੰਦਾ ਚਾਰੋ ਬੰਨੇ ਲੱਗ ਚੁੱਕੀ ਹੈ ਗੋਭੀ ਵੀ ਸਾੜ ਗਿਆ ਹੁਣ ਕੰਮ ਹੋ ਜਾਏ ਬੱਲ ਵੀ ਗਿਆ ਜੋ ਆਹੋ ਇੱਕ ਭਾਸ਼ਾ ਤੇਰੇ ਵਲੌਗ ਬੱਬੇ ਵਿੱਚ ਚੱਲਨੇ ਬੰਦ ਹੋ ਜਾਣਾ ਅੱਛਾ ਟੈਂਪਾਂ ਨੇ ਜਿਹੜੀ ਲਾਲੀ ਮਜ਼ਾਕ ਨਹੀਂ ਕਰਦਾ ਲਾਲ ਨਹੀਂ ਮੈਂ ਮਜ਼ਾਕ ਨਹੀਂ ਯਾਰ ਬਿਜਨਸ ਯਾਰ ਵੀ ਕਿੰਨੇ ਵਧੀਆ ਕੋਲੇ ਭਾਉਂਦੇ ਸਟਾਈਲ ਵੀ ਉਹਦਾ ਕੋਲੇ ਭਾਉਂਦਾ ਕਿੰਨਾ ਵਧੀਆ ਵਾ ਆਹੋ ਏ ਟ੍ਰੈਨ ਨਾ ਵੇ ਲਾ ਉਹ ਕਮਿੰਟ ਮਿੰਟ ਭੱਕ ਵੀ ਗਏ ਭੱਕ ਵੀ ਗਏ ਮੈਂ ਆਪਾਂ ਉਹਨੇ ਘੰਟਾ ਲੱਗੇ ਰੇ ਮੈਂ ਆਪਣੀ ਜੜਾਂ ਨਾਲ ਲਾਇਆ ਸੀ ਤਾਂ ਵੀ ਨਹੀਂ ਬਲਿਆ ਬੜੀ ਲੇਟ ਬਲਿਆ ਯੈਸ ਯਾਰ ਓਏ ਜਿਗਨੂੰ ਡਾਤੇ ਜਿਗਨੂੰ ਆਪਣਾ ਚੈਂਬਰ ਹੋ ਜਾਏਗਾ ਰੈਡੀ ਇੱਧਰ ਵੇਖੋ ਚਿਕਨ ਦੇ ਹੁਣ ਚਿਕਨ ਦਿਆ ਵਾ ਲੱਗਣ ਇੱਧਰ ਆਪਣੇ ਸ਼ੈਫ ਬਹਿ ਗਏ ਨੇ ਚੌਂਕੀ ਇੱਧਰ ਆ ਵੇਖੋ ਆਪਣਾ ਗਾਰਡਮੈਂਟ ਚੌਂਕੀ
ਇੱਧਰ ਕਹਿੰਦੇ ਮੁੰਡੇ ਦੇ ਲੱਗੇ ਨੇ ਬੈਟ ਬੋਲ ਜੇ ਹੁਣ ਕੋ ਡਿਫੈਂਡ ਕਰਨੀ ਆ ਹੋ ਜਾਏਗੀ ਏ ਓਏ ਇੰਨੀ ਸੌਖੀ ਬੋਲੀ ਗੇੜ ਪਾ ਪਾਕਿਸਤਾਨ ਦਾ ਫਿਰ ਉਹਨੂੰ ਤੋਂ ਧੋਣ ਨਹੀਂ ਲੈਣੀ ਕੇ ਲੋ ਧੋਣ ਵੀ ਉਹਨੇ ਪਾਤੀ ਤੁਹਾਨੂੰ ਇੱਧਰ ਆ ਯਾਰ ਆਪਣਾ ਪੂਰਾ ਪੋਰ ਇੱਕ ਵਾਰੀ ਭਰ ਚੁਗਿਆ ਮੇਰੇ ਚੈਂਬਰ ਹੀ ਹੁਣ ਪੂਰਾ ਭਰਤਾ ਉਹ ਕੋ ਲੈਣ ਉੱਤੇ ਯਾਰ ਲੱਗ ਵੀ ਮੰਨ ਭਾਈ ਕਿਹੜਾ ਪੀਸ ਖਾਣਾ ਪਸੰਦ ਕਰੋਗੇ ਤੁਸੀਂ ਜਿਹੜਾ ਜਲਦੀ ਬਣ ਗਿਆ ਜਿਹੜਾ ਜਲਦੀ ਬਣ ਗਿਆ ਜਿਹੜਾ ਜਲਦੀ ਹੱਥ ਆ ਗਿਆ ਉਹੀ ਆਪਣਾ ਇੱਧਰ ਆਪਣਾ ਲੱਗ ਰਿਹਾ ਜੀ ਚਿਕਨ ਤੇ ਮੁੰਡੇ ਕਰ ਰਹੇ ਆ ਵੇਟ ਵੇਟ ਭਾਈ ਹੈਗੀ ਕਦੋਂ ਬਣੇਗਾ ਤੇ ਆਪਣੇ ਬੰਦੇ ਲੈਣ ਗਏ ਆ ਚਟਨੀ ਯਾਰ ਆਪਾਂ ਭੁੱਲ ਗਏ ਚਟਨੀ ਲੈਣ ਗਏ ਆ ਜਿਹੜੀ ਕਿ ਸਾਰਿਆਂ ਦਾ ਮੇਨ ਚੀਜ਼ ਆ ਮੇਨ ਦੀ ਭਾਰ ਇਹ ਆ ਕਿ ਮਜ਼ਾ ਆਉਂਦਾ ਨਾ ਖਾਣ ਦਾ ਹਨਾ ਬੰਦਾ ਬੜਾ ਟੇਸਟੀ ਐਂਡ ਤੇ ਕਰ ਚਲੋ ਵੀ ਹੁਣ ਪੀਸ ਗਏ ਲੱਥ ਹੁਣ ਨਾ ਆਰਾਮ ਨਾਲ ਖਾਣ ਵਾਲੇ ਬੰਦੇ ਪੈ ਜੇ ਓ ਯਾਰ ਨਵਾਂ ਬੰਦਾ ਵੀ ਆ ਗਿਆ ਗਰੁੱਪ ਚ ਐਡ ਕਰਤਾ ਇਹਨੂੰ ਕਈ ਬੰਦੇ ਗਰੁੱਪ ਚ ਐਡ ਸਮਝ ਜੋ ਕਿਉਂ ਨਹੀਂ ਹੋਏ ਅਮਾਰ ਤੇ ਚੰਡੀ ਬਾਈ ਕਿਸੇ ਚਟਨੀ ਬਿੱਲੇ ਪਿੱਠੀ ਵਾਲੀ ਦੀ ਸਪੈਸ਼ਲ ਬਿੱਲੇ ਪਿੱਠੀ ਵਾਲੀ ਸਪੈਸ਼ਲ ਦੇ ਨਾਲ ਚਿਕਨ ਚਾਹ ਰੱਖ ਸਾਰੇ ਜਾਣੇ ਬਹਿ ਚੁੱਕੇ ਨੇ ਇੱਥੇ ਖਾਣ ਵਾਸਤੇ ਤੇ ਸ਼ੈਫ ਸਾਹਿਬ ਹਜੇ ਵੀ ਲੱਗੇ ਹੋਏ ਨੇ ਸ਼ੈਫ ਸਾਹਿਬ ਨੇ ਹਜੇ ਸਿਰਫ ਕੁਲਚੇ ਰੈਡੀ ਕਰਨੇ ਆ ਇੱਧਰ ਕੁਲਚੇ ਰੈਡੀ ਹੋ ਰਹੇ ਨੇ ਹੁਣ ਤੇ ਮੇਰੇ ਹਿਸਾਬ ਨਾਲ ਹੋ ਹੀ ਜਾਣੇ ਯਾਰ ਫੇਕਾ ਨਾ ਜਿਹੜਾ ਬਹੁਤ ਜ਼ਿਆਦਾ ਤੇਜ਼ ਆ ਕੁਲਚੇ ਕਹਿੰਦੇ ਮੇਰੇ ਵੀਰੋ ਆਪਣੇ ਪੂਰੇ ਰੜੇ ਆਉਂਦੇ ਆ ਤੇ ਕਈ ਬੰਦੇ ਕੁਲਚਿਆਂ ਤੋਂ ਹੀ ਸੜੀ ਜਾਂਦੇ ਕਿ ਮੈਂ ਕੁਲਚੇ ਕੋ ਲਾਉਂਦਾ ਗੈਸ ਕਰ ਲਓ ਕੌਣ ਇਹਨਾਂ ਚ ਮੰਨੇ ਭਾਈ ਹੁਣ ਨੁੱਕਰ ਚ ਵੜ ਕੇ ਬੈਠੇ ਨੇ ਪੂਰੀ ਚਲੋ ਯਾਰ ਬਹੁਤ ਹੋ ਗਏ ਆ ਇੰਨੇ ਕੁ ਵਾਧੂ ਆ ਕਰਾਰੇ ਹੀ ਕਰਨੇ ਬਸ ਆਪਾਂ ਮਾੜੇ ਜੇ ਗੱਲ ਸੁਣੋ ਹੌਲੀ ਮੇਰੀ ਗੱਲ ਸੁਣੋ ਹੌਲੀ ਹੌਲੀ ਖਾਇਓ ਕੁਲਚੇ ਆਰਾਮ ਨਾਲ ਆਉਣੇ ਜੇ ਤੇ ਮੇਰਾ ਵੀਰ ਗੋਪੀ ਤੈਨੂੰ ਸਪੈਸ਼ਲ ਲਾਲ ਆ ਜਾਓ ਬੀਤੀ ਆ ਕੁਰਸੀ ਤੇ ਬਹੁ ਮੇਰੀ ਜਿੱਥੇ ਬੈਠਾ ਮੈਂ ਕਰੋ ਮੈਂ ਖਾਵਾਂ ਆਰਾਮ ਨਾਲ ਤੈਨੂੰ ਇਹ ਠੰਡੇ ਹੋਏ ਨੇ ਨਾ ਤੂੰ ਫੜੋ ਫੜੋ ਚਲੋ ਵੀ ਆਪਣਾ ਮੈਨੂੰ ਕੁਲਚਾ ਲਓ ਚੱਲ ਚੱਲ ਗੋਪੀ ਪਹਿਲਾਂ ਤੂੰ ਟੇਸਟ ਕਰਕੇ ਦੱਸ ਕਿੱਦਾਂ ਦਾ ਕੁਲਚੇ ਨਾ ਕਹਿੰਦੇ ਇੱਧਰ ਕੁਲਚਾ ਆ ਗਿਆ ਮੇਰੇ ਵੀਰੋ ਦਿਲ ਸ਼ੇਪ ਨਹੀਂ ਲੱਗਣ ਦੀ ਕਹਿੰਦੇ ਆ ਯੈਸ ਆ ਮੰਨੇ ਤੂੰ ਦੱਸ ਮੰਨਣੇ ਤੇ ਕਹਿਣਾ ਯੈਸ ਹੀ ਆ ਤੂੰ ਦੱਸ ਤੇ ਕੋ ਪੁੱਛਣਾ ਹੀ ਨਹੀਂ ਯੈਸ ਆ ਧੱਬੇ ਨੇ ਆਵੇ ਆਹਾ ਕ੍ਰਿਸਪੀ ਇੱਕ ਕਿਹੜਾ ਕੀ ਕਹਿੰਦਾ ਸੀ ਇਹਦੇ ਸਾਹਮਣੇ ਬੋਲੋ ਕ੍ਰਿਪਸੀ ਕ੍ਰਿਪਸੀ ਤੇ ਕਹਿੰਦੇ ਮੇਰੇ ਵੀਰੋ ਇੱਧਰ ਆ ਗਿਆ ਚਿਕਨ ਚੜਨੀਆਂ ਕਹਿੰਦੇ ਇੱਧਰ ਫੁੱਲ ਚੱਲਣ ਦੀ ਹੈ ਆਹ ਵੇਖੋ ਯਾਰ ਕੁਲਚਾ
मुर्गी का मसाला है करो चेक फिर लो मन भाई दी भी कानी वंड होंगी इधर तीन जन उठा के आ रह गया आज तक रखे पाली कोली नी की कोई आ गए जी दीवी लग गया टाइम तक केड़ी बड़ा घैंट लाया नंबर एक करी लागे करी यार क्रिप्सी पूरा काम यार अज मैं ना ब्लॉक च पता नहीं किन्नी करारा कह दे करारा यार देखो किन्ना करारा है मन्ने भाई काली यार टेस्ट करके वेख दे अपने हाथां दी किदा दे नाल ज्यादा बोल रही कोई गल नहीं इंदी नहीं पीती थबे दे ना किदा दे फिर जाइए घर एक मिनट मेरा गिलास आई रोड अनबॉक्सिंग हो गई है रीपैक हो गई है मन्ने दा ग्लास बस दे ले आ ला दे पूरी भर गई बाजू गैस ना पता लगदा असली सर्दियां बड़ा वारा खाना ही है बस 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 भरा तू जा रही पर एहसास सी गाइस दा व्लॉग जे तन थोड़ा जे वधिया लगा होवे ते लाइक कमेंट शेयर चैनल नु कर दियो सब्सक्राइब।